ਕੀ ਤੁਹਾਨੂੰ ਪਤਾ ਹੈ ਕਿ ਜੇ ਅਸੀਂ ਕਿਸੇ ਇਨਸਾਨ ਦੇ ਪੂਰੇ ਬੋਡੀ ਮਸਲ ਨੂੰ ਕੰਬਾਈਨ ਕਰ ਦਈਏ ਤਾਂ ਉਹ ਤੋਂ ਵੱਡੇ ਟਰੱਕਾਂ ਨੂੰ ਉਠਾ ਸਕਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਭਾਫ਼ ਸਰਦੀਆਂ ਵਿੱਚ ਹੀ ਕਿਉਂ ਸਾਡੇ ਮੂੰਹ ਰਾਹੀਂ ਬਾਹਰ ਨਿਕਲਦੀ ਹੈ, ਗਰਮੀਆਂ ਵਿੱਚ ਕਿਉਂ ਨਹੀਂ? ਕੀ ਤੁਸੀਂ ਜਾਣਦੇ ਹੋ ਕਿ ਅਸੀਂ ਜੋ ਪਾਣੀ ਪੀ ਰਹੇ ਹਾਂ ਉਹ ਡਾਇਨਾਸੌਰ ਨੇ ਵੀ ਪੀਤਾ ਹੈ? ਟੈਕਨੀਕਲੀ ਜੇ ਵੇਖਿਆ ਜਾਵੇ ਤਾਂ ਆਪਾਂ ਡਾਇਨਾਸੌਰ ਦਾ ਜੂਠਾ ਪਾਣੀ ਪੀ ਰਹੇ ਹਾਂ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਕੁਝ ਅਜਿਹੇ ਫੈਕਟਸ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਤੁਸੀਂ ਕਹੋਗੇ ਵਾਹ ਵਾਹ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਐਂਡ ਯੂ ਆਰ ਵਾਚਿੰਗ ਲਵ ਫੋਰ ਐਵਰ ਚੈਨਲ। ਸੋ ਮਿੱਤਰੋ, ਵੀਡੀਓ ਵੱਲ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਜੇ ਤੁਸੀਂ ਅਜੇ ਤੱਕ ਵੀ ਲਵ ਫੋਰ ਐਵਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਪਾਂ ਤੁਹਾਡੇ ਪਸੰਦ ਦੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਹਾਂ ਵੀਡੀਓ ਵੱਲ। ਸ਼ੁਰੂ ਕਰਦੇ ਹਾਂ ਫੈਕਟ ਨੰਬਰ 10 ਤੋਂ। ਟਰਮਾਈਟ ਇੱਕ ਅਜਿਹਾ ਇਨਸੈਕਟ, ਇੱਕ ਅਜਿਹਾ ਕੀੜਾ ਜੋ ਲੱਕੜ ਨੂੰ ਖਾਂਦਾ ਹੈ। ਪੰਜਾਬੀ ਵਿੱਚ ਇਸ ਨੂੰ ਆਪਾਂ ਸਿਉਂ ਕਹਿੰਦੇ ਹਾਂ। ਸੋ ਜੇ ਤੁਸੀਂ ਇਸ ਦੇ ਲਾਗੇ ਰੌਕ ਮਿਊਜ਼ਿਕ ਲਗਾ ਦਿੰਦੇ ਹੋ ਤਾਂ ਇਹ ਲੱਕੜ ਨੂੰ ਡਬਲ ਸਪੀਡ ਨਾਲ ਖਾਣ ਲੱਗਦਾ ਹੈ। ਤੁਹਾਨੂੰ ਇਹ ਕਹਾਣੀ ਲੱਗਦੀ ਪਈ ਹੋਵੇਗੀ, ਬਟ ਇਹ ਬਿਲਕੁਲ ਸੱਚ ਹੈ। ਤੇਜ਼ ਮਿਊਜ਼ਿਕ ਨਾਲ ਉਹਨਾਂ ਅੰਦਰ ਜੋਸ਼ ਆ ਜਾਂਦਾ ਹੈ ਤੇ ਉਹ ਲੱਕੜ ਖਾਣ ਦੀ ਸਪੀਡ ਡਬਲ ਕਰ ਦਿੰਦੇ ਨੇ। ਐਵੇਂ ਨਹੀਂ ਉਹ ਲੋਕ ਖਾਲੀ ਰਾਹ ਕਰਦੇ, ਉਹ ਸਾਡਾ ਚੱਲਦਾ ਏ ਧੱਕਾ, ਅਸੀਂ ਤਾਂ ਕਰਦੇ ਚੱਲਦਾ ਏ ਧੱਕਾ, ਅਸੀਂ ਤਾਂ ਕਰਦੇ। ਫੈਕਟ ਨੰਬਰ 9, ਸਾਇੰਟੀਫਿਕ ਸਟੱਡੀ ਦੇ ਹਿਸਾਬ ਨਾਲ ਜੋ ਤੁਸੀਂ ਪੜ੍ਹਦੇ ਹੋ ਤੇ ਉਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਣ ਲਈ ਸਭ ਤੋਂ ਬੈਸਟ ਤਰੀਕਾ ਇਹ ਹੈ ਕਿ ਜੋ ਤੁਸੀਂ ਪੜ੍ਹਦੇ ਹੋ ਉਸ ਨੂੰ ਦੂਜਿਆਂ ਨਾਲ ਸ਼ੇਅਰ ਕਰਦੇ ਰਹੋ। ਦੈਨ ਯੂ ਆਰ ਮੋਰ ਲਾਈਕਲੀ ਟੂ ਰਿਮੈਂਬਰ ਦੈਟ ਫੋਰ ਲੌਂਗਰ ਟਾਈਮ, ਕਿਉਂਕਿ ਇਸ ਦੇ ਪਿੱਛੇ ਇੱਕ ਬਹੁਤ ਹੀ ਡੀਪ ਫੈਕਟ ਹੈ। ਇੱਕ ਗੱਲ ਤੁਸੀਂ ਆਪਣੇ ਅੰਦਰ ਰੱਖਦੇ ਹੋ ਤੇ ਇੱਕ ਗੱਲ ਕਿਸੇ ਨਾਲ ਸ਼ੇਅਰ ਜਾਂ ਡਿਸਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ ਉਸ ਗੱਲ ਨੂੰ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ ਤੇ ਉਸ ਨੂੰ ਲੰਬੇ ਸਮੇਂ ਲਈ ਫੀਡ ਕਰਕੇ ਰੱਖਦਾ ਹੈ। ਫੈਕਟ ਨੰਬਰ 8, ਆਈਸਲੈਂਡ। ਆਈਸਲੈਂਡ ਧਰਤੀ ਦੀ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਬਿਲਕੁਲ ਵੀ ਮੌਸਕੀਟੋ ਨਹੀਂ ਹੈ, ਯਾਨੀ ਕਿ ਜ਼ੀਰੋ ਮੱਛਰ। ਫੈਕਟ ਨੰਬਰ 7, ਸ਼ੇਰ ਦੀ ਜੀਭ ਬਹੁਤ ਹੀ ਜ਼ਿਆਦਾ ਰਫ ਹੁੰਦੀ ਹੈ, ਇੰਨੀ ਜ਼ਿਆਦਾ ਰਫ ਹੁੰਦੀ ਹੈ ਕਿ ਜੇ ਤੁਹਾਡੇ ਘਰ ਵਿੱਚ ਪੇਂਟ ਕੀਤਾ ਹੋਇਆ ਹੈ ਜੋ ਕਈ ਸਾਲਾਂ ਤੱਕ ਚੱਲ ਸਕਦਾ ਹੈ, ਪਰ ਜੇ ਸ਼ੇਰ ਉਸ ਤੇ ਆਪਣੀ ਜੀਭ ਮਾਰ ਦੇਵੇ ਤਾਂ ਇੱਕ ਜੀਭ ਨਾਲ ਹੀ ਪੇਂਟ ਖਰਾਬ ਕਰ ਦਿੰਦਾ ਹੈ। ਫੈਕਟ ਨੰਬਰ 6, ਸਾਲ 1999 ਵਿੱਚ ਗੂਗਲ ਦੇ ਓਨਰ ਨੇ ਗੂਗਲ ਨੂੰ ਵੇਚਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਐਕਸਾਈਟ ਕੰਪਨੀ ਨੂੰ ਆਫਰ ਕੀਤਾ ਕਿ ਆਪਾਂ ਤੁਹਾਨੂੰ ਗੂਗਲ 7 ਕਰੋੜ ਰੁਪਏ ਵਿੱਚ ਦੇ ਦੇਵਾਂਗੇ, ਪਰ ਐਕਸਾਈਟ ਨੇ ਮਨਾ ਕਰ ਦਿੱਤਾ। ਸੋ ਜੇ ਹੁਣ ਆਪਾਂ ਗੂਗਲ ਦੀ ਵੈਲਿਊ ਦੇਖੀਏ ਤਾਂ ਉਹ ਤੁਸੀਂ ਸਕਰੀਨ ਤੇ ਦੇਖ ਹੀ ਸਕਦੇ ਹੋ ਕਿ ਗੂਗਲ ਦੀ ਹੁਣ ਵੈਲਿਊ ਕੀ ਹੈ। ਸੋ ਇਹ ਵੈਲਿਊ ਦੇਖ ਕੇ ਐਕਸਾਈਟ ਕੰਪਨੀ ਵੀ ਹੁਣ ਕਿੰਨਾ ਪਛਤਾ ਰਹੀ ਹੋਵੇਗੀ, ਇਹ ਤਾਂ ਐਕਸਾਈਟ ਵਾਲੇ ਹੀ ਜਾਣਦੇ ਨੇ। ਫੈਕਟ ਨੰਬਰ 5, ਅਮਰੀਕਾ ਵਿੱਚ ਹਵਾਈ ਨਾਂ ਦੀ ਜਗ੍ਹਾ ਤੇ ਜੋ ਕੁੜੀਆਂ ਕੰਨ ਦੀ ਲੈਫਟ ਸਾਈਡ ਤੇ ਫੁੱਲ ਲਗਾਉਂਦੀਆਂ ਨੇ ਉਹ ਮੈਰਿਡ ਹੁੰਦੀਆਂ ਨੇ ਤੇ ਜੋ ਕੁੜੀਆਂ ਰਾਈਟ ਸਾਈਡ ਤੇ ਲਗਾਉਂਦੀਆਂ ਨੇ ਉਹ ਸਿੰਗਲ ਹੁੰਦੀਆਂ ਨੇ। ਜੀ ਹਾਂ, ਇਹ ਉੱਥੋਂ ਦਾ ਟ੍ਰੈਡੀਸ਼ਨ ਹੈ। ਫੈਕਟ ਨੰਬਰ 4, ਸੂਰਜ ਧਰਤੀ ਤੋਂ ਕਿੰਨਾ ਵੱਡਾ ਹੈ? ਤੁਸੀਂ ਇਸ ਫੋਟੋ ਤੋਂ ਆਪ ਹੀ ਅਨੁਮਾਨ ਲਗਾ ਸਕਦੇ ਹੋ ਕਿ ਧਰਤੀ ਇਸ ਫੋਟੋ ਵਿੱਚ ਕਿੰਨੀ ਕੁ ਹੈ ਤੇ ਸੂਰਜ ਕਿੱਡਾ ਹੈ। ਪਰ ਐਂਟਾਰਸ ਨਾਮ ਦਾ ਇੱਕ ਤਾਰਾ ਹੈ, ਇੱਕ ਸਟਾਰ ਹੈ, ਉਹ ਸੂਰਜ ਤੋਂ 60,000 ਗੁਣਾ ਵੱਡਾ ਹੈ। ਸੋ ਸੂਰਜ ਵਰਸਸ ਐਂਟਾਰਸ ਨੂੰ ਜੇ ਕੰਪੇਅਰ ਕਰੀਏ ਤਾਂ ਦੇਖੋ ਇਹ ਕਿਵੇਂ ਦੇ ਲੱਗਦੇ ਨੇ। ਇੱਥੇ ਤੁਹਾਨੂੰ ਦੱਸ ਦਈਏ ਕਿ ਅੱਤ ਫੈਕਟ ਇਹ ਹੈ ਕਿ ਐਂਟਾਰਸ ਵੀ ਕੁਝ ਨਹੀਂ ਹੈ, ਐਂਟਾਰਸ ਤੋਂ ਵੀ ਵੱਡਾ ਇੱਕ ਤਾਰਾ ਹੈ। ਇਹ ਸਾਰੇ ਬ੍ਰਹਿਮੰਡ ਦਾ ਲਾਰਜੈਸਟ 9 ਤਾਰਾ ਹੈ ਜੋ ਇਨਸਾਨ ਨੇ ਡਿਸਕਵਰ ਕੀਤਾ ਹੈ। ਫੈਕਟ ਨੰਬਰ 3, 2016 ਵਿੱਚ ਫਰਾਂਸ ਵਿੱਚ ਇੱਕ ਅਜਿਹਾ ਲਾਅ ਬਣਿਆ ਜਿਸ ਲਾਅ ਦਾ ਸਤਿਕਾਰ ਸਾਰੇ ਲੋਕਾਂ ਨੇ ਕੀਤਾ। ਜਿਸ ਲਾਅ ਵਿੱਚ ਇਹ ਦੱਸਿਆ ਗਿਆ ਕਿ ਗਰੋਸਰੀ ਸਟੋਰ ਵਿੱਚ ਜੋ ਵੀ ਖਾਣਾ
ਜਾਂ ਕੋਈ ਹੋਰ ਫੂਡ ਮਟੀਰੀਅਲ ਬਚ ਜਾਂਦਾ ਹੈ ਉਸ ਨੂੰ ਜਾਂ ਤਾਂ ਗਰੀਬਾਂ ਵਿੱਚ ਡੋਨੇਟ ਕਰ ਦਿੱਤਾ ਜਾਵੇ ਜਾਂ ਚੈਰਿਟੀ ਵਿੱਚ ਦੇ ਦਿੱਤਾ ਜਾਵੇ। ਜੀ ਹਾਂ, ਉੱਥੇ ਇਹ ਲਾਭ ਬਿਲਕੁਲ ਲਾਗੂ ਕਰ ਦਿੱਤਾ ਗਿਆ ਹੈ। ਫੈਕਟ ਨੰਬਰ 2, ਸਰਦੀਆਂ ਵਿੱਚ ਮੂੰਹ ਚੋਂ ਭਾਫ਼ ਟਾਈਪ ਕਿਉਂ ਨਿਕਲਦੀ ਹੈ? ਇਸ ਦਾ ਮਤਲਬ ਇਹ ਹੈ ਕਿ ਜੋ ਤੁਹਾਨੂੰ ਭਾਫ਼ ਦਿਖਦੀ ਪਈ ਹੈ ਉਹ ਅਸਲ ਵਿੱਚ ਪਾਣੀ ਹੈ। ਤੁਹਾਨੂੰ ਇਹ ਪਤਾ ਹੋਵੇਗਾ ਕਿ ਅਸੀਂ ਆਕਸੀਜਨ ਲੈਂਦੇ ਹਾਂ ਤੇ ਨੱਕ ਰਾਹੀਂ ਕਾਰਬਨ ਡਾਈਆਕਸਾਈਡ ਬਾਹਰ ਛੱਡਦੇ ਹਾਂ। ਅਸਲ ਵਿੱਚ ਗੱਲ ਇਹ ਹੈ ਕਿ CO2 ਸਾਡੇ ਨੱਕ ਰਾਹੀਂ ਬਾਹਰ ਨਿਕਲਦਾ ਹੈ। ਇਕੱਲਾ CO2 ਯਾਨੀ ਕਿ ਕਾਰਬਨ ਡਾਈਆਕਸਾਈਡ ਬਾਹਰ ਹੀ ਨਹੀਂ ਨਿਕਲਦੀ, ਉਸਦੇ ਨਾਲ ਪਾਣੀ ਵੀ ਬਾਹਰ ਨਿਕਲਦਾ ਹੈ। ਹੁਣ ਵੀ ਪਾਣੀ ਨਿਕਲ ਰਿਹਾ ਹੈ ਪਰ ਤੁਹਾਨੂੰ ਦਿਖ ਨਹੀਂ ਰਿਹਾ। ਸੋ ਮੂੰਹ ਰਾਹੀਂ ਪਾਣੀ ਮੋਇਸਚਰ ਦੇ ਰੂਪ ਵਿੱਚ ਬਾਹਰ ਨਿਕਲਦਾ ਹੈ ਜਿਸ ਨੂੰ ਇਨਵਿਜ਼ੀਬਲ ਪਾਣੀ ਕਹਿੰਦੇ ਨੇ। ਸੋ ਇਸ ਪਾਣੀ ਨੂੰ ਇਨਵਿਜ਼ੀਬਲ ਰਹਿਣ ਲਈ ਟੈਂਪਰੇਚਰ ਚਾਹੀਦਾ ਹੁੰਦਾ ਹੈ। ਸੋ ਸਾਡੇ ਬੋਡੀ ਦਾ ਟੈਂਪਰੇਚਰ ਲੰਗਸ ਵਿੱਚ ਗਰਮ ਹੁੰਦਾ ਹੈ ਜਿੱਥੇ ਸਾਹ ਲੈਣ ਦਾ ਪ੍ਰੋਸੈਸ ਚੱਲਦਾ ਹੈ। ਇਸੇ ਲਈ ਪਾਣੀ ਭਾਫ਼ ਦੇ ਰੂਪ ਵਿੱਚ ਅੰਦਰ ਰਹਿੰਦਾ ਹੈ। ਪਰ ਠੰਡ ਵਿੱਚ ਪਾਣੀ ਦਾ ਟੈਂਪਰੇਚਰ ਅੰਦਰ ਗਰਮ ਹੁੰਦਾ ਹੈ ਪਰ ਬਾਹਰ ਠੰਡ ਹੁੰਦੀ ਹੈ। ਇਸੇ ਲਈ ਪਾਣੀ ਗਰਮ ਜੋ ਅੰਦਰ ਹੁੰਦਾ ਹੈ ਜਦੋਂ ਬਾਹਰ ਠੰਡ ਵਿੱਚ ਆਉਂਦਾ ਹੈ ਤਾਂ ਉਹ ਭਾਫ਼ ਵਿੱਚ ਦਿਖਦਾ ਹੈ, ਪਰ ਗਰਮੀ ਵਿੱਚ ਬਾਹਰ ਵੀ ਟੈਂਪਰੇਚਰ ਗਰਮ ਹੁੰਦਾ ਹੈ। ਸੋ ਇਸੇ ਲਈ ਸਾਨੂੰ ਗਰਮੀ ਵਿੱਚ ਭਾਫ਼ ਨਹੀਂ ਦਿਖਦੀ, ਭਾਫ਼ ਸਾਨੂੰ ਸਰਦੀ ਵਿੱਚ ਹੀ ਦਿਖਦੀ ਹੈ। ਸੋ ਇਟਸ ਅਮੇਜਿੰਗ ਫੈਕਟ। ਫੈਕਟ ਨੰਬਰ 1, ਇਹ ਫੈਕਟ ਬਹੁਤ ਹੀ ਕੈਂਟ ਹੈ। ਜਦੋਂ ਧਰਤੀ ਨਵੀਂ ਨਵੀਂ ਸੀ ਤਾਂ ਜੋ ਪਾਣੀ ਉਦੋਂ ਸੀ ਉਹ ਪਾਣੀ ਅੱਜ ਵੀ ਮੌਜੂਦ ਹੈ। ਤੁਹਾਨੂੰ ਲੱਗਦਾ ਹੋਵੇਗਾ ਕਿ ਆਪਾਂ ਨਵਾਂ ਪਾਣੀ ਪੀ ਰਹੇ ਹਾਂ, ਪਰ ਜੋ ਧਰਤੀ ਦੇ ਇਨਵਾਇਰਮੈਂਟ ਵਿੱਚ ਪਾਣੀ ਪੈਕੇਜ ਹੈ ਉਹੀ ਪਾਣੀ ਭਾਫ਼ ਬਣ ਕੇ ਉੱਪਰ ਜਾਂਦਾ ਹੈ, ਬੱਦਲ ਬਣਦਾ ਹੈ ਤੇ ਲਿਕੁਇਡ ਅਤੇ ਗਲੇਸ਼ੀਅਰ ਦੇ ਰੂਪ ਵਿੱਚ ਵਾਪਸ ਆ ਰਿਹਾ ਹੈ। ਪਾਣੀ ਟੋਟਲ ਉਹੀ ਹੈ, ਬਸ ਉਹ ਆਪਣਾ ਫਾਰਮ ਯਾਨੀ ਕਿ ਰੂਪ ਚੇਂਜ ਕਰਦਾ ਪਿਆ ਹੈ। ਸੋ ਜੇ ਪ੍ਰੋਬੇਬਿਲਿਟੀ ਦੀ ਗੱਲ ਕਰੀਏ ਤਾਂ ਉਸ ਟਾਈਮ ਜਿਹੜਾ ਪਾਣੀ ਡਾਇਨਾਸੌਰ ਨੇ ਪੀਤਾ ਸੀ ਉਹੀ ਪਾਣੀ ਆਪਾਂ ਅੱਜ ਪੀ ਰਹੇ ਹਾਂ, ਭਾਵੇਂ ਉਹ ਪਾਣੀ ਭਾਫ਼ ਬਣ ਕੇ ਬਦਲਿਆ ਹੈ। ਮਤਲਬ ਪਾਣੀ ਉਹੀ ਕਾਂਸਟੈਂਟ ਹੈ, ਬਸ ਰੂਪ ਬਦਲ ਰਹੇ ਨੇ, ਯਾਨੀ ਕਿ ਮੋਲੀਕਿਊਲਸ ਉਹੀ ਨੇ। ਕਦੀ ਡਾਇਨਾਸੌਰ ਪੀ ਰਹੇ ਨੇ, ਕਦੀ ਹੋਰ ਜਾਨਵਰ ਪੀ ਰਹੇ ਨੇ ਤੇ ਕਦੀ ਆਪਾਂ ਪੀ ਰਹੇ ਹਾਂ, ਬਸ ਫਾਰਮ ਚੇਂਜ ਹੋ ਰਹੀ ਹੈ। ਹਾਂਜੀ ਮਿੱਤਰੋ, ਇਹ ਸੀ ਕੁਝ ਫੈਕਟਸ ਜੋ ਸਾਇੰਟੀਫਿਕ ਨੇ। ਸੋ ਤੁਹਾਨੂੰ ਇਹਨਾਂ ਵਿੱਚੋਂ ਸਭ ਤੋਂ ਵਧੀਆ ਫੈਕਟ ਕਿਹੜਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਇਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਐਂਡ ਸ਼ੇਅਰ ਨਾਲ ਹੀ ਆਪਾਂ ਮੋਟੀਵੇਟ ਹੁੰਦੇ ਹਾਂ ਤੇ ਤੁਹਾਡੇ ਪਸੰਦ ਦੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਹੀ ਰਹਿੰਦੇ ਹਾਂ। ਸੋ ਹੁਣ ਸਾਨੂੰ ਦਿਓ ਇਜਾਜ਼ਤ, ਧੰਨਵਾਦ ਜੀ, ਸਤਿ ਸ੍ਰੀ ਅਕਾਲ।